ਬਾਲੀਵੁੱਡ ਦੇ ਵਿੱਚ ਐਕਟਰ ਬਣਨ ਲਈ ਨਵੀਂ ਜਨਰੇਸ਼ਨ ਕਈ ਰਸਤੇ ਅਪਣਾਉਂਦੀ ਹੈ। ਕਈ ਲੋਕ ਬਹੁਤ ਸਾਲ ਥੀਏਟਰ 'ਚ ਮਿਹਨਤ ਕਰਕੇ ਬਾਲੀਵੁੱਡ 'ਚ ਐਂਟਰ ਹੁੰਦੇ ਨੇ, ਕਈ ਲੋਕ ਆਪਣੇ ਕੰਟੈਕਟ ਯੂਜ਼ ਕਰਦੇ ਨੇ ਅਤੇ ਕਈ ਖੁਦ ਪੈਸੇ ਇਨਵੈਸਟ ਕਰਦੇ ਨੇ, ਅਤੇ ਜ਼ਿਆਦਾਤਰ ਲੋਕ ਚੁਣਦੇ ਨੇ ਮਾਡਲਿੰਗ ਦਾ ਰਸਤਾ। ਜੇ ਮੈਂ ਮਾਡਲਿੰਗ ਦੇ ਰਸਤੇ ਦੀ ਗੱਲ ਕਰਾਂ ਤਾਂ ਅਰਜੁਨ ਰਾਮਪਾਲ, ਜੈਕਲਿਨ ਫਰਨਾਂਡੇਜ਼, ਬਿਪਾਸ਼ਾ ਬਾਸੂ, ਇਹ ਸਾਰੇ ਉਹੀ ਨਾਮ ਨੇ ਜਿਹੜੇ ਮਾਡਲਿੰਗ ਦੇ ਥਰੂ ਐਂਟਰ ਹੋਏ ਨੇ ਬਾਲੀਵੁੱਡ ਦੇ ਵਿੱਚ। ਅਤੇ ਰੀਸੈਂਟਲੀ ਜੈਕਲਿਨ ਫਰਨਾਂਡੇਜ਼ ਨੇ ਰਿਵੀਲ ਕੀਤੇ ਮਿਸ ਇੰਡੀਆ 2018 ਦੇ 30 ਕੰਟੈਸਟੈਂਟਸ। ਇਹ ਚੈੱਕ ਕਰੋ ਵਿਜੂਅਲਸ। So first of all, this is a very, very courageous thing which they've done. This takes guts. It's not easy being up here. It's not easy, you know, actually being part of this competition. It is a very, very difficult one to be part of. And I just want to say to all of them, you are already a winner. Making this first step is the hardest step, but you've done it. So now it's, trust me, that you can achieve anything right now. Celebrity. In the fashion. In this India. What does it take to be successful? I was a pageant winner myself, so I know that it takes a lot of focus, it takes a lot of dedication, and of course you have to enjoy the experience, but because it's a competition, you have to just work your hardest. I mean, like, this is a competition that scrutinizes you on your fitness, on your etiquette, on your speech, on so many things, so you've got to be very focused and work really hard on all of those topics. ਅਤੇ ਸਿਰਫ ਜੈਕਲਿਨ ਫਰਨਾਂਡੀਜ਼ ਹੀ ਨਹੀਂ ਸੀ, ਇਨਫੈਕਟ ਸੀ ਉੱਥੇ ਬਿੰਦੂ ਦਾਰਾ ਸਿੰਘ, ਉਰਵਸ਼ੀ ਰੋਤੇਲਾ, ਪੂਜਾ ਹੇਗੜੇ। ਇਹ ਚੈੱਕ ਕਰੋ ਉਹਨਾਂ ਦੇ ਕੁਝ ਵਿਜੂਅਲਸ। ਅਤੇ ਜੇ ਮੈਂ ਮਿਸ ਇੰਡੀਆ 2018 ਦੇ ਫਾਈਨਲ ਦੀ ਗੱਲ ਕਰਾਂ, ਇਟ ਵਿਲ ਬੀ ਹੈਪਨਿੰਗ ਔਨ 19 ਜੂਨ ਸਰਦਾਰ ਵੱਲਭ ਭਾਈ ਪਟੇਲ ਸਟੇਡੀਅਮ ਦੇ ਵਿੱਚ। ਵੀ ਵਿਸ਼ ਗਰਲਸ ਆਲ ਦ ਵੈਰੀ ਬੈਸਟ, ਮੇ ਦ ਬੈਸਟ ਗਰਲ ਵਿਨ। ਪੂਰੀ ਖਬਰ ਪੜ੍ਹਨ ਲਈ ਜਾਓ gabru.com 'ਤੇ। ਔਸਮ ਵੀਡੀਓਜ਼ ਵੇਖਣ ਲਈ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ, ਬੈੱਲ ਆਈਕਨ ਦਬਾ ਕੇ ਨੋਟੀਫਿਕੇਸ਼ਨਸ ਔਨ ਕਰੋ, ਅਤੇ ਮੈਂ ਤੁਹਾਨੂੰ ਮਿਲਾਂਗਾ ਅਗਲੀ ਖਬਰ ਦੇ ਨਾਲ। gabru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਚ।